ਵਾਰੀ ਕਾਫੀ ਲੋਕਾਂ ਨੂੰ ਫੁੱਲਾਂ ਦੀ ਕਿਰਿਆ ਨੂੰ ਲੈ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰੀ ਕਿਸ ਤਰ੍ਹਾਂ ਦੀ ਸਹਾਇਤਾ ਆਪਾਂ ਲੋਕਾਂ ਨੂੰ ਦੇ ਰਹੇ ਹਾਂ? ਕਿ ਪਿਛਲੇ ਲੰਬੇ ਸਮੇਂ 'ਚ ਲੋਕਾਂ ਦੇ ਜਿਹੜੇ ਫੁੱਲ ਪਏ ਇੱਥੇ ਹਰਿਦੁਆਰ ਨਾ ਜਾਣ ਕਰਨ, ਲੋਕਡਾਊਨ ਲੱਗਣ ਕਾਰਨ ਹਰਿਦੁਆਰ ਟ੍ਰੇਨ ਨਾ ਜਾਣ ਕਰਕੇ, ਇਸ ਕਰਕੇ ਇਹ ਫੁੱਲ ਇਹਨਾਂ ਕੋਲ ਪਿਛਲੇ 5-6 ਮਹੀਨੇ ਤੋਂ ਜਿਹੜੇ ਇਹਨਾਂ ਕੋਲ ਕਲਿਆਣ ਭੂਮੀ ਸਭਾ ਕੋਲ ਪਏ ਸੀਗੇ, ਉਹ ਉਹਨਾਂ ਨੇ 19 ਲੋਕਾਂ ਦੇ ਫੁੱਲ ਜਿਹੜੇ ਅੱਜ ਤੋਂ 6 ਮਹੀਨੇ 8 ਮਹੀਨੇ ਹੋ ਗਏ, ਸਾਲ ਹੋ ਗਿਆ ਦੱਸ ਰਹੇ ਨੇ, ਉਹਨਾਂ ਨੇ ਪਹਿਲੇ ਆਪਣੇ ਆਪ ਕੱਢ ਕੇ ਔਰ ਸੰਸਥਾ ਨੂੰ ਸਮਰਪਿਤ ਕਰ ਦਿੱਤੇ ਨੇ। ਜਦੋਂ ਤੁਸੀਂ ਹਰਿਦੁਆਰ ਜਾਓ ਉਦੋਂ ਇਹਨੂੰ ਹਿੰਦੂ ਰੀਤੀ ਰਿਵਾਜ਼ ਨਾਲ ਇਹਨਾਂ ਦਾ ਵੀ ਵਿਸਰਜਨ, ਜਿਹੜੇ ਤੁਸੀਂ ਆਮ ਲਵਾਰਿਸ ਲੈ ਕੇ ਜਾਓਗੇ ਇਹਨਾਂ ਦਾ ਵੀ ਆਮ ਜਿਹੜਾ ਹਿੰਦੂ ਰੀਤੀ ਰਿਵਾਜ਼ ਨਾਲ ਆਪਦੀ ਸ਼ਰਧਾ ਭਾਵ ਨਾਲ ਇਹਨਾਂ ਦਾ ਅੰਤਿਮ ਕਿਰਿਆ ਕਰਾ ਦਿੱਤੀ ਜਾਏਗੀ। ਔਰ ਇਹ ਜਿਹੜੀ ਫੁੱਲ ਰੱਖਣ ਦੀ ਜਗ੍ਹਾ ਪਹਿਲਾਂ ਗੱਠ ਸੀ, ਔਰ ਕਲਿਆਣ ਭੂਮੀ ਜਿਹੜੀ ਸਭਾ ਦੇ ਇਹ ਇੰਚਾਰਜ ਨੇ ਇਹਨਾਂ ਨੂੰ ਇਹ ਨਿਵੇਦਨ ਕੀਤਾ ਗਿਆ। ਇਹਨਾਂ ਨੇ ਹੁਣ 48 ਖਾਨੇ ਸਾਹਮਣੇ ਤਿਆਰ ਹੋ ਗਏ ਨੇ, ਜਿਹੜੇ ਕੱਲ੍ਹ ਤੋਂ ਲਗਭਗ ਸ਼ੁਰੂ ਹੋ ਜਾਣਗੇ। ਮੇਰੇ ਕੋਲ ਫੋਨ ਆਇਆ ਸੀ ਵੀ ਇਹਨਾਂ ਨੇ ਸਟਾਰਟ ਬਿਲਕੁਲ ਕਰ ਦਿੱਤੇ ਨੇ, ਔਰ ਕੱਲ੍ਹ ਕੰਪਲੀਟ ਹੋ ਜਾਣਗੇ। ਉਹ ਜਿਹੜੇ 19 ਖਾਨੇ ਪਹਿਲਾਂ ਵੀ ਭਰੇ ਪਏ ਸੀ, ਲੰਬੇ ਸਮੇਂ ਤੋਂ ਲੋਕ ਕੋਲ ਨਹੀਂ ਲੈਣ ਆ ਰਹੇ ਸੀ, ਉਹ ਉਹਨਾਂ ਨੇ ਖਾਨੇ ਖਾਲੀ ਕਰ ਦਿੱਤੇ ਨੇ। ਹੁਣ ਇਹਨਾਂ ਕੋਲ ਲਗਭਗ ਮੇਰੇ ਹਿਸਾਬ ਨਾਲ 125 ਫੁੱਲਾਂ ਰੱਖਣ ਦੇ ਖਾਨੇ ਹੋ ਚੁੱਕੇ ਨੇ। ਪਰਮਾਤਮਾ ਨਾ ਜ਼ਰੂਰਤ ਪਾਵੇ ਵੀ ਇਹ ਖਾਨੇ ਮਾਲੀ ਕਰੇ ਖਾਲੀ ਹੀ ਰਹਿਣ, ਕਦੇ ਵੀ ਇਹ ਨਾ ਭਰੇ ਜਾਣ।